दाता ने सुखाले करके जिन्नी हाथी मंगिया दुआवां ओही हाथे अज सुख नाल दान देण वाले करके ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਸਾਰਿਆਂ ਦਾ? ਉਮੀਦ ਕਰਦੀ ਕਿ ਸਭ ਦਾ ਹਾਲ ਚਾਲ ਵਧੀਆ ਹੀ ਹੋਣਾ। ਅੱਜ ਤੁਸੀਂ ਗੀਤ ਦੀਆਂ ਲਾਈਨਾਂ ਸੁਣੀਆਂ, ਮੈਨੂੰ ਪਤਾ ਕਿ ਤੁਹਾਨੂੰ ਸਭ ਨੂੰ ਇਹ ਗੀਤ ਬਹੁਤ ਵਧੀਆ ਲੱਗਿਆ ਹੋਣਾ, ਇਸ ਤਰ੍ਹਾਂ ਮੈਨੂੰ ਵਧੀਆ ਲੱਗਿਆ ਕਿਉਂਕਿ ਸਤਿੰਦਰ ਸਰਤਾਜ ਦੁਆਰਾ ਗਾਇਆ ਗਿਆ, ਉਹਨਾਂ ਦੀ ਜ਼ੁਬਾਨ 'ਚੋਂ ਨਿਕਲੇ ਜਿਹੜੇ ਬੋਲ ਹੈ, ਕਿਸੇ ਨੂੰ ਪਸੰਦ ਨਾ ਆਉਣੇ ਹੋ ਹੀ ਨਹੀਂ ਸਕਦਾ। ਕਿਉਂਕਿ ਹਰ ਚੀਜ਼ ਜਿਹੜੀ ਅਸੀਂ ਦੇਖਦੇ ਹੁੰਦੇ ਇੱਕ ਉਹਨਾਂ ਦੇ ਗੀਤ ਦੇ ਵਿੱਚ, ਸਾਨੂੰ ਹਰ ਚੀਜ਼ ਜਿਹੜੀ ਸੰਪੂਰਨ ਮਿਲਦੀ ਹੈ। ਸੋ ਬਹੁਤ ਸਾਰੀ ਕਾਬਲੀਅਤ ਜਿਹੜੀ ਉਹਨਾਂ ਦੇ ਵਿੱਚ ਹੈਗੀ ਆ, ਔਰ ਅਸੀਂ ਆਪਣੇ ਨੂੰ ਸੁਭਾਗੇ ਸਮਝਦੇ ਹਾਂ ਕਿ ਸਤਿੰਦਰ ਸਰਤਾਜ ਵਰਗੇ ਜਿਹੜੀ ਸ਼ਖਸੀਅਤ ਹੈ ਪਰਮਾਤਮਾ ਨੇ ਸਾਡੇ ਪੰਜਾਬੀਆਂ ਦੇ ਝੋਲੀ ਦੇ ਵਿੱਚ ਪਾਈ ਹੈ। ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਔਰ ਤੁਸੀਂ ਸਾਰੇ ਜਿਸ ਤਰ੍ਹਾਂ ਜਾਣਦੇ ਹੋ ਕਿ 19 ਸਤੰਬਰ ਨੂੰ ਇਹ ਹਿਮਾਇਤ ਸੌਂਗ ਜਿਹੜਾ ਰਿਲੀਜ਼ ਹੋਇਆ। ਸਤਿੰਦਰ ਸਰਤਾਜ ਦੇ ਜਿੰਨੇ ਵੀ ਸੌਂਗ ਹੁੰਦੇ ਨੇ, ਜਿੱਦਾਂ ਹੁਣ ਹਿਮਾਇਤ ਸੌਂਗ ਵੀ ਉਸੇ ਤਰ੍ਹਾਂ ਹੈਗਾ ਗਾ, ਸਾਰਿਆਂ ਦੇ ਵਿੱਚ ਇੱਕ ਚੀਜ਼ ਬੜੀ ਵਧੀਆ ਨੋਟ ਕੀਤੀ ਜਾਂਦੀ ਹੈ ਕਿ ਗੀਤ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਜਾਂਦਾ ਹੈ, ਉਸਦੇ ਵਿੱਚ ਉਸਨੂੰ ਕੰਪੋਜ਼ ਬੜੇ ਯੂਨੀਕ ਤਰੀਕੇ ਦੇ ਨਾਲ ਕੀਤਾ ਜਾਂਦਾ, ਔਰ ਮਿਊਜ਼ਿਕ ਬਹੁਤ ਵਧੀਆ ਰੱਖਿਆ ਜਾਂਦਾ, ਔਰ ਉਸਦੇ ਨਾਲ ਨਾਲ ਇੱਕ ਮੈਸੇਜ ਵੀ ਦਿੱਤਾ ਜਾਂਦਾ ਗਾ। ਔਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਸ ਤਰ੍ਹਾਂ ਅਸੀਂ ਅੱਜ ਦੇ ਸਮੇਂ ਦੇ ਵਿੱਚ ਅਸੀਂ ਐਂਟਰਟੇਨਮੈਂਟ ਦੇਖਦੇ ਹਾਂ ਕਿ ਹਰ ਸੌਂਗ ਦੇ ਵਿੱਚ, ਅਦਰਵਾਈਜ਼ ਜੇਕਰ ਅਸੀਂ ਦੇਖੀਏ ਤਾਂ ਕੋਈ ਵੀ ਸੌਂਗ ਜਿਸਦੇ ਵਿੱਚ ਕੋਈ ਇੱਦਾਂ ਦੀ ਗੱਲ ਕੀਤੀ ਗਈ ਹੁੰਦੀ ਹੈ ਕੋਈ ਚੰਗੀ, ਤਾਂ ਸਾਨੂੰ ਖਾਸ ਕਰਕੇ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਉਹਨਾਂ ਨੂੰ ਚੰਗਾ ਲੱਗਦਾ, ਕਿਉਂਕਿ ਉਹਦੇ ਵਿੱਚ ਮਿਊਜ਼ਿਕ ਨਹੀਂ ਅੱਛਾ ਹੁੰਦਾ, ਜਾਂ ਫਿਰ ਅਸੀਂ ਕਹਿ ਦਈਏ ਕਿ ਉਹਦੇ ਵਿੱਚ ਉਹਨੂੰ ਕੰਪੋਜ਼ ਨਹੀਂ ਅੱਛਾ ਕੀਤਾ ਹੁੰਦਾ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਗੱਲ ਸਾਡੀ ਜ਼ਿੰਦਗੀ ਨੂੰ ਸੇਧ ਦੇਣ ਵਾਲੀ ਕੀਤੀ ਗਈ ਹੈ, ਪਰ ਸਤਿੰਦਰ ਸਰਤਾਜ ਦੇ ਗੀਤਾਂ ਦੇ ਵਿੱਚ ਇੱਕ ਚੀਜ਼ ਇਹ ਹੁੰਦੀ ਹੈ ਕਿ ਉਹ ਹਰ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ, ਬਰੀਕੀ ਨਾਲ ਹਰ ਚੀਜ਼ 'ਤੇ ਫੋਕਸ ਰੱਖ ਕੇ ਕੋਈ ਵੀ ਸੌਂਗ ਜਿਹੜਾ ਇੰਡਸਟਰੀ ਦੇ ਵਿੱਚ ਲੈ ਕੇ ਆਉਂਦੇ ਨੇ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਉਹ ਇਸ ਚੀਜ਼ ਨੂੰ ਦੇਖਦੇ ਆ ਕਿ ਐਂਟਰਟੇਨਮੈਂਟ ਵੀ ਜ਼ਰੂਰੀ ਹੈ, ਔਰ ਰੂਹ ਨੂੰ ਸਕੂਨ ਦੇਣ ਵਾਲਾ ਹੁੰਦਾ ਜੋ ਵੀ ਉਹਨਾਂ ਦਾ ਗੀਤ ਸੁਣੀਏ, ਹਰ ਸੌਂਗ ਉਹਨਾਂ ਦਾ ਆਪਣੇ ਆਪ ਦੇ ਵਿੱਚ ਰੂਹ ਨੂੰ ਸਕੂਨ ਦੇਣ ਵਾਲਾ ਹੁੰਦਾ, ਕੋਈ ਵਲਗਰ ਲੈਂਗੁਏਜ ਨਹੀਂ ਉਹਨਾਂ ਦੇ ਸੌਂਗ ਦੇ ਵਿੱਚ ਹੁੰਦੀ, ਔਰ ਦੇਖਿਆ ਜਾਵੇ ਤਾਂ ਇਸਦੇ ਨਾਲ ਨਾਲ ਉਹਨਾਂ ਦੇ ਸੌਂਗ ਦੇ ਜਿਹੜੇ ਬੋਲ ਹੁੰਦੇ ਨੇ ਉਹ ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ, ਕਿਉਂਕਿ ਹਰ ਸੌਂਗ ਦੇ ਵਿੱਚ ਇੱਕ ਮੈਸੇਜ ਕਨਵੇ ਹੁੰਦਾ, ਸਾਨੂੰ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਇੱਕ ਮੈਸੇਜ ਮਿਲਦਾ। ਜਿਸ ਤਰ੍ਹਾਂ ਹਿਮਾਇਤ ਸੌਂਗ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਇਨਸਾਨ ਇਨਸਾਨ ਦੇ ਕਿੱਦਾਂ ਕੰਮ ਆਉਂਦਾ, ਕਿੱਦਾਂ ਕੰਮ ਆਉਣਾ ਚਾਹੀਦਾ, ਔਰ ਕੀ ਜਿਹੜੀਆਂ ਇਨਸਾਨ ਦੇ ਉੱਪਰ ਗੁਜ਼ਰਦੀਆਂ ਨੇਗੀਆਂ, ਇਸੇ ਲਈ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਸਾਨੂੰ ਮੈਸੇਜ ਵੀ ਦਿੱਤਾ। ਜਦੋਂ ਤੱਕ ਚੌਧਰੀ ਤੋਂ ਚਾਕ ਹੋਇਆ ਨਾ, ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ, ਉਹ ਜਿਹੜਾ ਸੁੱਚੀ ਆਸ਼ਕੀ ਚ ਖਾਕ ਹੋਇਆ ਨਾ, ਜੀ ਰਹਿਮਤਾਂ ਵੀ ਉਹਦੇ ਵੱਲੋਂ ਟਾਲੇ ਕਰਤੇ। ਔਰ ਜਿਸ ਤਰ੍ਹਾਂ ਸਾਡੀ ਜਿਹੜੀ ਡਿਮਾਂਡਸ ਹੈ, ਜਿਹੜੀ ਵਿਊਰਸ ਦੀ ਡਿਮਾਂਡਸ ਹੈ, ਜਿਹੜੀ ਦਰਸ਼ਕਾਂ ਦੀ ਡਿਮਾਂਡਸ ਹੈ, ਦੇਖਣ ਵਾਲੇ ਲੋਕਾਂ ਦੀ ਡਿਮਾਂਡਸ ਵੱਧਦੀਆਂ ਜਾ ਰਹੀਆਂ ਨੇ, ਉਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਅਪਡੇਟ ਕਰਦੇ ਨੇ। ਸੋ ਇਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ। ਸੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀ ਇਹ ਸੌਂਗ ਜਿਹੜਾ ਬਹੁਤ ਵਧੀਆ ਲੱਗ ਰਿਹਾ ਹੋ, ਜਿਨ੍ਹਾਂ ਨੇ ਵੇਖਿਆ, ਔਰ ਜਿਨ੍ਹਾਂ ਨੇ ਨਹੀਂ ਵੇਖਿਆ ਉਹਨਾਂ ਨੂੰ ਵੀ ਮੈਂ ਇਹ ਗੁਜ਼ਾਰਿਸ਼ ਕਰਦੀ ਕਿ ਉਹ ਸੌਂਗ ਜ਼ਰੂਰ ਵੇਖਣ, ਕਿਉਂਕਿ ਸਾਨੂੰ ਬਹੁਤ ਕੁਝ ਜ਼ਿੰਦਗੀ ਦੇ ਪ੍ਰਤੀ ਸਿੱਖਣ ਨੂੰ ਅਤੇ ਦੇਖਣ ਨੂੰ ਮਿਲਦਾ ਹੈਗਾ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਬਹੁਤ ਹੀ ਖੂਬਸੂਰਤ ਜਿਹੜੀ ਵੀਡੀਓਗ੍ਰਾਫੀ ਉਸ ਸੌਂਗ ਦੀ ਕੀਤੀ ਗਈ ਹੈਗੀ। ਸੋ ਮੈਂ ਵੀ ਉਮੀਦ ਕਰਦੀ ਹਾਂ ਕਿ ਜਿੱਦਾਂ ਮੈਂ ਉਸ ਸੌਂਗ ਨੂੰ ਰਿਪੀਟ ਕਰ ਕਰਕੇ ਸੁਣਿਆ, ਬਾਰ ਬਾਰ ਸੁਣਿਆ, ਤੁਸੀਂ ਵੀ ਉਸੇ ਤਰ੍ਹਾਂ ਸੁਣੋਗੇ ਅਤੇ ਕਿੱਦਾਂ ਦਾ ਲੱਗੀ ਆਪਣੇ ਰਿਐਕਸ਼ਨਸ, ਆਪਣੇ ਵਿਊਜ਼ ਦੇਣਾ ਨਾ ਭੁੱਲਣਾ, ਕਮੈਂਟ ਬਾਕਸ ਦੇ ਵਿੱਚ ਆਪਣੇ ਵਿਊਜ਼ ਜ਼ਰੂਰ ਦੇਣਾ। ਸੋ ਅੱਜ ਦੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਹ ਵੀ ਜ਼ਰੂਰ ਦੱਸਣਾ, ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ।